ਪੰਜਾਬ ਦੇ ਇੱਕ ਨਾਮੀ ਕਥਾਵਾਚਕ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਜੋ ਬਦਮਾਸ਼ ਸੀ ਉਹ ਆਸ਼ਰਮ ਦੇ ਬਾਹਰ ਸਵੇਰੇ 4 ਵਜੇ ਦੇ ਕਰੀਬ ਆਉਂਦੇ ਨੇ ਅਤੇ ਉਸ ਕਥਾਵਾਚਕ ਦੀ ਗੱਡੀ ਦੇ ਉੱਤੇ ਇਹ ਧਮਕੀ ਭਰੀ ਚਿੱਠੀ ਸੁੱਟ ਕੇ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਡੇਰਾਬਸੀ ਤੋਂ ਇਹ ਮਾਮਲਾ ਸਾਹਮਣੇ ਆਇਆ। ਡੇਰਾਬਸੀ ਦੇ ਵਿੱਚ ਇੱਕ ਪੰਜਾਬ ਦੇ ਨਾਮੀ ਕਥਾਵਾਚਕ ਨੂੰ ਧਮਕੀ ਦਿੱਤੀ ਗਈ ਹੈ। ਬਾਬਾ ਵਿਕਾਸ ਦਾਸ ਮਹਾਰਾਜ ਨੂੰ ਇਹ ਧਮਕੀ ਦਿੱਤੀ ਗਈ ਹੈ। ਆਸ਼ਰਮ ਦੇ ਬਾਹਰ ਕਾਰ ਸਵਾਰਾਂ ਨੇ ਇੱਕ ਧਮਕੀ ਭਰੀ ਚਿੱਠੀ ਸੁੱਟੀ ਹੈ। ਤਾਂ ਆਸ਼ਰਮ ਦੇ ਬਾਹਰ ਇਹ ਬਦਮਾਸ਼ ਖੜੇ ਵੀ ਦਿਖਾਈ ਦਿੱਤੇ ਨੇ ਤੇ ਕਿਹਾ ਜਾ ਰਿਹਾ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਵੀ ਹਥਿਆਰ ਫੜੇ ਹੋਏ ਸਨ, ਪਰ ਇਹ ਚਿੱਠੀ ਸੁੱਟ ਕੇ ਉੱਥੋਂ ਫਰਾਰ ਹੋ ਗਏ ਨੇ। ਸਵਾਮੀ ਵਿਕਾਸ ਦਾਸ ਮਹਾਰਾਜ ਦੇ ਵੱਲੋਂ ਵੱਡੇ ਇਲਜ਼ਾਮ ਵੀ ਲਗਾਏ ਗਏ ਨੇ। ਉਹਨਾਂ ਨੇ ਕਿਹਾ ਕਿ ਕਾਲੇ ਰੰਗ ਦੇ ਲਿਫਾਫੇ 'ਚ ਕਟਿਆ ਹੋਇਆ ਮੁਰਗਾ ਵੀ ਜੋ ਹੈ ਉਹ ਸੁੱਟ ਕੇ ਗਏ ਨੇ ਅਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ ਕੇਸ ਦਰਜ ਕਰ ਲਿਆ। ਫਿਲਹਾਲ ਪੁਲਿਸ ਨੇ ਬਾਬੇ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਦੱਸ ਦਈਏ ਕਿ ਵਿਕਾਸ ਦਾਸ ਮਹਾਰਾਜ ਦੇ ਹਿਮਾਚਲ, ਹਰਿਆਣਾ ਤੇ ਪੰਜਾਬ 'ਚ ਵੀ ਕਈ ਆਸ਼ਰਮ ਨੇ। ਤਾਂ ਦੱਸ ਦਈਏ ਕਿ ਜੋ ਚਿੱਠੀ ਸੁੱਟੀ ਗਈ ਹੈ ਉਹ ਹਿੰਦੀ ਦੇ ਵਿੱਚ ਲਿਖੀ ਹੈ, ਜਿਸ ਦੇ ਵਿੱਚ ਲਿਖਿਆ ਹੈ ਕਿ ਵਿਕਾਸ ਦਾਸ ਤੇਰੀ ਮੌਤ ਨਜ਼ਦੀਕ ਹੈ, ਤੁਮਨੇ ਜੋ ਖਾਲਿਸਤਾਨੀਓ ਕੇ ਖਿਲਾਫ ਜ਼ਹਿਰ ਉਗਲਾ ਉਸਕਾ ਪਰਿਣਾਮ ਭੁਗਤਨਾ ਪੜੇਗਾ, ਬਹੁਤ ਜਲਦੀ ਤੇਰੇ ਕੋ ਇਸ ਮੁਰਗੇ ਕੀ ਤਰ੍ਹਾਂ ਬੋਟੀ ਬੋਟੀ ਕਰ ਡਾਲੇਂਗੇ, 100% ਮਾਰੇਂਗੇ, ਬਚਾ ਜਾਏ ਤੋ ਬਚ ਲੈਣਾ। ਇਹ ਧਮਕੀ ਜੋ ਹੈ ਵਿਕਾਸ ਦਾਸ ਮਹਾਰਾਜ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸਭ ਤੋਂ ਬਾਅਦ ਵਿਕਾਸ ਦਾਸ ਮਹਾਰਾਜ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। सुबह 4 बजे के आसपास, 3:30 बजे के आसपास हमारे आश्रम पर कुछ अज्ञात लोग आए जिनके हाथों में हथियार थे और आश्रम के अंदर घुसने की कोशिश की, हमला करने की कोशिश की। कुछ उनकी मनसूबे थे कि हमला करें और वो आश्रम के अंदर, मेरी गाड़ी आश्रम के बाहर खड़ी थी तो उस पर एक पर्ची लिख कर धमकी की और एक कटा हुआ मुर्गा हमारी गाड़ी पर रख कर गए और जान से मारने की धमकी दी है। ऐसी वारदातें, ऐसी धमकियाँ पहले भी कई बार मिली और कई बार ऐसे, जैसे हिमाचल आश्रम पर भी एक बार हमला हुआ किसी कार्यक्रम के दौरान, अम्बाला आश्रम पर भी धमकी दे के गए कई बार कोई लोग। तो ये चीज़ें कई बार हुई है हमारे साथ, लेकिन अब मुझे महसूस हो रहा है कि मैंने बड़े हल्के में इस चीज़ को लिया। हालांकि हमने किसी को कभी गलत नहीं किया, किसी का गलत नहीं बोला, लेकिन अब महसूस हो रहा है कि जो मनसूबे इन लोगों के हैं, जो वो लोग हैं कौन हैं जो उस पर लिखा हुआ है पर्ची के ऊपर, उन्होंने अपने आप को खालिस्तान लिखा है या कुछ लिखा है मैं नहीं जानता, लेकिन जो भी है बड़ा सीरियस मैटर है और मुझे अपनी जान का खतरा है। तो मेरी यही एक अपील रहेगी सरकार से, प्रशासन से, कि वो इसको, इस पर कदम उठाएं और इन अज्ञात व्यक्तियों को, इन पर रिसर्च करें, इनको पकड़ें और इनको सजा दी जाए। ਪੰਜਾਬ ਦੇ ਇੱਕ ਨਾਮੀ ਕਥਾਵਾਚਕ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਜੋ ਬਦਮਾਸ਼ ਸੀ ਉਹ ਆਸ਼ਰਮ ਦੇ ਬਾਹਰ ਸਵੇਰੇ 4 ਵਜੇ ਦੇ ਕਰੀਬ ਆਉਂਦੇ ਨੇ ਅਤੇ ਉਸ ਕਥਾਵਾਚਕ ਦੀ ਗੱਡੀ ਦੇ ਉੱਤੇ ਇਹ ਧਮਕੀ ਭਰੀ ਚਿੱਠੀ ਸੁੱਟ ਕੇ ਫਰਾਰ ਹੋ ਜਾਂਦੇ ਨੇ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਡੇਰਾਬਸੀ ਤੋਂ ਇਹ ਮਾਮਲਾ ਸਾਹਮਣੇ ਆਇਆ। ਡੇਰਾਬਸੀ ਦੇ ਵਿੱਚ ਇੱਕ ਪੰਜਾਬ ਦੇ ਨਾਮੀ ਕਥਾਵਾਚਕ ਨੂੰ ਧਮਕੀ ਦਿੱਤੀ ਗਈ ਹੈ। ਬਾਬਾ ਵਿਕਾਸ ਦਾਸ ਮਹਾਰਾਜ ਨੂੰ ਇਹ ਧਮਕੀ ਦਿੱਤੀ ਗਈ ਹੈ। ਆਸ਼ਰਮ ਦੇ ਬਾਹਰ ਕਾਰ ਸਵਾਰਾਂ ਨੇ ਇੱਕ ਧਮਕੀ ਭਰੀ ਚਿੱਠੀ ਸੁੱਟੀ ਹੈ। ਤਾਂ ਆਸ਼ਰਮ ਦੇ ਬਾਹਰ ਇਹ ਬਦਮਾਸ਼ ਖੜੇ ਵੀ ਦਿਖਾਈ ਦਿੱਤੇ ਨੇ ਤੇ ਕਿਹਾ ਜਾ ਰਿਹਾ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਵੀ ਹਥਿਆਰ ਫੜੇ ਹੋਏ ਸਨ, ਪਰ ਇਹ ਚਿੱਠੀ ਸੁੱਟ ਕੇ ਉੱਥੋਂ ਫਰਾਰ ਹੋ ਗਏ ਨੇ। ਸਵਾਮੀ ਵਿਕਾਸ ਦਾਸ ਮਹਾਰਾਜ ਦੇ ਵੱਲੋਂ ਵੱਡੇ ਇਲਜ਼ਾਮ ਵੀ ਲਗਾਏ ਗਏ ਨੇ। ਉਹਨਾਂ ਨੇ ਕਿਹਾ ਕਿ ਕਾਲੇ ਰੰਗ ਦੇ ਲਿਫਾਫੇ 'ਚ ਕਟਿਆ ਹੋਇਆ ਮੁਰਗਾ ਵੀ ਜੋ ਹੈ ਉਹ ਸੁੱਟ ਕੇ ਗਏ ਨੇ ਅਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਨੂੰ ਲੈ ਕੇ ਕੇਸ ਦਰਜ ਕਰ ਲਿਆ। ਫਿਲਹਾਲ ਪੁਲਿਸ ਨੇ ਬਾਬੇ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਦੱਸ ਦਈਏ ਕਿ ਵਿਕਾਸ ਦਾਸ ਮਹਾਰਾਜ ਦੇ ਹਿਮਾਚਲ, ਹਰਿਆਣਾ ਤੇ ਪੰਜਾਬ 'ਚ ਵੀ ਕਈ ਆਸ਼ਰਮ ਨੇ। ਤਾਂ ਦੱਸ ਦਈਏ ਕਿ ਜੋ ਚਿੱਠੀ ਸੁੱਟੀ ਗਈ ਹੈ ਉਹ ਹਿੰਦੀ ਦੇ ਵਿੱਚ ਲਿਖੀ ਹੈ, ਜਿਸ ਦੇ ਵਿੱਚ ਲਿਖਿਆ ਕਿ ਵਿਕਾਸ ਦਾਸ ਤੇਰੀ ਮੌਤ ਨਜ਼ਦੀਕ ਹੈ, ਤੁਮਨੇ ਜੋ ਖਾਲਿਸਤਾਨੀਓ ਕੇ ਖਿਲਾਫ ਜ਼ਹਿਰ ਉਗਲਾ ਉਸਕਾ ਪਰਿਣਾਮ ਭੁਗਤਨਾ ਪੜੇਗਾ, ਬਹੁਤ ਜਲਦੀ ਤੇਰੇ ਕੋ ਇਸ ਮੁਰਗੇ ਕੀ ਤਰ੍ਹਾਂ ਬੋਟੀ ਬੋਟੀ ਕਰ ਡਾਲੇਂਗੇ, 100% ਮਾਰੇਂਗੇ, ਬਚਾ ਜਾਏ ਤੋ ਬਚ ਲੈਣਾ। ਇਹ ਧਮਕੀ ਜੋ ਹੈ ਵਿਕਾਸ ਦਾਸ ਮਹਾਰਾਜ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਸਭ ਤੋਂ ਬਾਅਦ ਵਿਕਾਸ ਦਾਸ ਮਹਾਰਾਜ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। सुबह 4 बजे के आसपास, 3:30 बजे के आसपास हमारे आश्रम पर कुछ अज्ञात लोग आए जिनके हाथों में हथियार थे और आश्रम के अंदर घुसने की कोशिश की, हमला करने की कोशिश की। कुछ उनकी मनसूबे थे कि हमला करें और वो आश्रम के अंदर, मेरी गाड़ी आश्रम के बाहर खड़ी थी तो उस पर एक पर्ची लिख कर धमकी की और एक कटा हुआ मुर्गा हमारी गाड़ी पर रख कर गए और जान से मारने की धमकी दी है। ऐसी वारदातें, ऐसी धमकियाँ पहले भी कई बार मिली
और कई बार ऐसे जैसे हिमाचल आश्रम पर भी एक बार हमला हुआ किसी कार्यक्रम के दौरान, अम्बाला आश्रम पर भी धमकी दे के गए कई बार कोई लोग, तो ये चीज़ें कई बार हुई है हमारे साथ। लेकिन अब मुझे महसूस हो रहा है कि मैंने बड़े हल्के में इस चीज़ को लिया, हालांकि हमने किसी को कभी गलत नहीं किया, किसी का गलत नहीं बोला, लेकिन अब महसूस हो रहा है कि जो मंसूबे इन लोगों के हैं, जो वो लोग हैं कौन हैं जो उस पर लिखा हुआ है पर्ची के ऊपर, उन्होंने अपने आप को खालिस्तान लिखा है या कुछ लिखा है मैं नहीं जानता, लेकिन जो भी है बड़ा सीरियस मैटर है और मुझे अपनी जान का खतरा है। तो मेरी यही एक अपील रहेगी सरकार से, प्रशासन से, कि वो इसको इस पर कदम उठाएं और इन अज्ञात व्यक्तियों को, इन पर रिसर्च करें, इनको पकड़ें और इनको सजा दी जाए।